ਨੇ ਵਾਦੇ ਪਿਆਰ ਵਫਾ ਸਭ ਬਾਤੇ ਹੈ ਬਾਤੋਂ ਕਾ ਕਿਆ ਕੋਈ ਕਿਸੀ ਕਾ ਨਹੀਂ ਇਹ ਝੂਠੇ ਨਾਤੇ ਹੈ ਨਾਤੋਂ ਕਾ ਕਿਆ ਨਾਲ ਹੁਣ ਤੱਕ ਜਿਹੜਾ ਮੇਰਾ ਕਿੱਤਾ ਹੈ ਕੀਰਤਨੀਆਂ ਦਾ ਚਾਹੇ ਉਹ ਰਿਸ਼ਤੇ ਦੁਆਰਾ ਚਾਹੇ ਉਹ ਰਾਗੀਆਂ ਦੁਆਰਾ 15 ਲੋਕਾਂ ਨੂੰ ਆਪਣੀ ਕੌਮ ਦੇ ਲੋਕਾਂ ਨੂੰ ਅਮਰੀਕਾ ਭੇਜ ਚੁੱਕਾ ਇੱਕ 5ਵੀਂ ਪਾਸ ਮਜ਼ਬੀਆਂ ਦੇ ਮੁੰਡੇ ਦੀਆਂ 2 ਕਿਤਾਬਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ PhD ਵਾਲੇ MPhil ਵਾਲੇ ਅਤੇ MA ਵਾਲਿਆਂ ਨੂੰ ਲੱਗੀਆਂ ਹੋਈਆਂ ਅਤੇ ਮੈਂ ਕਈ ਵਾਰੀ ਹੱਸਦਾ ਹੈ ਕਿ ਇੱਕ 5ਵੀਂ ਪਾਸ ਦੀਆਂ ਕਿਤਾਬਾਂ ਹੈ ਅਤੇ 26 ਬੱਚੇ ਮੇਰੇ 'ਤੇ ਹੁਣ ਤੱਕ PhD ਕਰ ਚੁੱਕੇ ਨੇ ਮੈਂ ਇਹਨੂੰ ਇਸ ਗੱਲ ਨੂੰ ਨਹੀਂ ਮੰਨਦਾ ਬੇਸ਼ੱਕ ਮੈਂ ਧਾਰਮਿਕ ਆਦਮੀ ਹਾਂ ਕਿ ਹਾਂ ਜੀ ਉਹ ਰੱਬ ਨੇ ਕੀਤਾ ਐਸਾ ਨਹੀਂ ਤੁਹਾਨੂੰ ਕੁਝ ਆਪ ਕਰਨਾ ਪਏਗਾ ਹਰਿੰਦਰ ਸਿੱਕਾ ਵੱਲੋਂ ਬਣਾਈ ਵਿਵਾਦਿਤ ਫਿਲਮ ਨਾਨਕ ਸ਼ਾਹ ਫਕੀਰ ਦਾ ਸਿੱਖ ਭਾਈਚਾਰੇ ਵੱਲੋਂ ਵਿਰੋਧ ਹੋ ਰਿਹਾ ਗੁਰਬਾਣੀ ਦੇ ਲਈ ਨਹੀਂ ਪਰ ਇਸ ਫਿਲਮ ਦੇ ਵਿੱਚ ਤੁਸੀਂ ਸ਼ਬਦ ਗਾਇਨ ਕੀਤੇ ਤਾਂ ਅਸੀਂ ਤੁਹਾਡੇ ਨਾਲ ਗੱਲ ਕਰਨਾ ਕੀ ਤੁਹਾਨੂੰ ਲੱਗਦਾ ਨਹੀਂ ਵੀ ਇਸ ਫਿਲਮ ਦੇ ਵਿੱਚ ਸ਼ਬਦ ਗਾਇਨ ਕਰਨਾ ਤੁਸੀਂ ਗਲਤੀ ਨਹੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਏ ਹੋਏ ਸ਼ਬਦ ਗਾਇਨ ਕੀਤੇ ਗੁਰਮਤਿ ਸੰਗੀਤ ਦੇ ਜੋ ਕਿ ਮੇਰਾ ਕਿੱਤਾ ਹੈ ਮੇਰਾ ਕੰਮ ਹੈ ਮੇਰੀ ਡਿਊਟੀ ਹੈ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤਿ ਸ਼ੈਲੀ ਨੂੰ ਵੱਧ ਤੋਂ ਵੱਧ ਉਭਾਰਾਂ ਦੁਨੀਆਂ 'ਚ ਜਾਵੇ ਦੁਨੀਆਂ ਨੂੰ ਪਤਾ ਲੱਗੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਮਤਿ ਸ਼ੈਲੀ ਕਿੰਨੀ ਅਮੀਰ ਹੈ ਇਹ 'ਚ ਕੋਈ ਗਲਤੀ ਨਹੀਂ ਮੇਰੀ ਗਲਤੀ ਤਾਂ ਹੁੰਦੀ ਜੇਕਰ ਕੋਈ ਮੈਂ ਗੰਦੇ ਗਾਣੇ ਗਾਉਂਦਾ ਜਾਂ ਫਿਲਮੀ ਸੌਂਗ ਗਾਉਂਦਾ ਜਾਂ ਧਾਰਮਿਕ ਗੀਤ ਗਾਉਂਦਾ ਮੈਂ ਸਮਝਦਾ ਹਾਂ ਕਿ ਇਹਨੂੰ ਤੇਜ਼ ਨਹੀਂ ਚਲਾਉਣੀ ਚਾਹੀਦੀ ਕਈ ਜ਼ਿੰਦਗੀਆਂ ਬੈਠੀਆਂ ਸਾਰੇ ਜਵਾਨ ਨੇ ਮੇਰੇ ਤੋਂ ਮੈਂ ਤਾਂ ਹੁਣ ਬੜਾ ਕੁਝ ਦੁਨੀਆ ਵੇਖ ਲਈ ਹੈ ਦੁਨੀਆ ਦੇ 71 ਕੰਟਰੀਆਂ ਵੇਖ ਲਈਆਂ ਅਤੇ ਮੈਂ 2 ਕੁ ਮਿੰਟ ਖੜੋ ਕੇ ਇੱਥੇ ਨਜ਼ਾਰਾ ਤੁਹਾਨੂੰ ਦਿਖਾਉਣਾ ਚਾਹੁੰਦਾ ਫਿਰ ਸਾਡਾ ਵੀ ਟਾਈਮ ਹੋ ਗਿਆ ਸਾਨੂੰ ਕਾਫੀ ਸਮਾਂ ਲੱਗ ਜਾਏ ਸਾਹਮਣੇ ਛੱਲਾਂ ਆ ਰਹੀਆਂ ਬੜੀਆਂ ਜ਼ਬਰਦਸਤ ਰਿਸਕ ਲੈ ਰਹੇ ਹਾਂ ਸਾਹਮਣੇ ਖਲੋਤੇ ਹਾਂ ਲੇਕਿਨ ਫਿਰ ਵੀ ਤੁਹਾਨੂੰ ਵਿਖਾਉਣਾ ਚਾਹੁੰਦਾ ਦੇਖੋ ਤੁਸੀਂ ਹੁਣ ਸਮੁੰਦਰ ਵਿੱਚ ਚੱਲ ਰਹੀ ਹੈ ਗੱਡੀ ਔਰ ਬੜੇ ਇੱਕ ਤਹੱਲਮ ਨਾਲ ਚਲਾਉਣੀ ਪੈਂਦੀ ਹੈ ਔਰ ਬੜੇ ਇੱਕ ਤਰੀਕੇ ਨਾਲ ਔਰ ਦੇਖ ਕੇ ਉਹ ਨਾ ਹੋਵੇ ਕਿ ਸਾਨੂੰ ਮੁੜ ਕੇ ਅਖਬਾਰਾਂ ਜੋਗੇ ਅਸੀਂ ਰਹਿ ਜਾਈਏ ਗੁਰੂ ਭਲਾ ਕਰੇ ਸਭ ਤੋਂ ਵਧੀਆ ਟ੍ਰੀਟਮੈਂਟ ਇੱਥੇ ਹੋਣਾ ਵਾ ਤੁਸੀਂ ਹੋ ਜਾਣਾ ਠੀਕ ਟੈਨਸ਼ਨ ਨਾ ਲਓ ਕੁਛ ਨੀ ਡੈਡ ਜੀ ਤੁਸੀਂ ਨਾ ਇੱਦਾਂ ਕਰੋ ਤੁਸੀਂ ਠੀਕ ਹੋ ਜਾਣਾ ਵਾ
ਡੈਡੀ ਤੁਸੀਂ ਠੀਕ ਹੋ ਕੇ ਆਉਣਾ ਵਾ? ਹੈਲੋ ਡੈਡੀ ਜੀ, ਲਵ ਯੂ ਡੈਡੀ ਜੀ, ਤੁਸੀਂ ਠੀਕ ਹੋ ਜਾਣਾ ਡੈਡੀ ਜੀ, ਨਾ ਟੈਨਸ਼ਨ ਲਵੋ, ਲਵ ਯੂ ਡੈਡੀ ਜੀ, ਤੁਸੀਂ ਠੀਕ ਹੋ ਜਾਣਾ ਵਾ? ਦਵਾਈ ਨੀ ਮਿਲ ਰਹੀ ਪ੍ਰੋਪਰ, ਬਿਲਕੁਲ 4 ਘੰਟੇ ਹੋ ਗਏ ਹੁਣ ਤੇ ਕੀ ਹੋ ਰਿਹਾ ਡੈਡੀ ਜੀ? ਠੀਕ ਹੋ ਰਿਹਾ ਡੈਡੀ ਜੀ, ਤੁਸੀਂ ਬੋਪਰੇ ਨਾਲ ਗੱਲ ਕੀਤੀ? ਕੀਤੀ ਡੈਡੀ ਜੀ, ਬੋਪਰੇ ਨਾਲ ਗੱਲ ਕਹਿੰਦੀ, ਕੋਈ ਗੱਲ ਨੀ, ਮੈਂ ਫੋਨ ਕਰਤਾ, ਸਭ ਟ੍ਰੀਟਮੈਂਟ ਤੇ ਹੋ ਰਿਹਾ ਵਾ। ਕੋਈ ਨੀ ਦਿੰਦਾ ਦਵਾਈ ਬੇਟੇ, ਦਵਾਈ ਨੀ ਦੇ ਰਿਹਾ ਮੈਨੂੰ। ਕਿਉਂ ਨੀ ਦਵਾਈ ਦੇ ਰਿਹਾ ਬੇਟੇ? 4 ਘੰਟੇ ਦਾ ਅੰਦਰ ਆਇਆ ਕੋਈ ਡੈਡੀ ਜੀ, ਹੋ ਜਾਣਾ ਸਹੀ ਡੈਡੀ ਜੀ, ਤੁਸੀਂ ਨਾ ਟੈਨਸ਼ਨ, ਸਹੀ ਹੋ ਜਾਣਾ ਵਾ। ਤੁਹਾਨੂੰ ਮਿਲਣ ਕਿਉਂ ਨੀ ਮਿਲਦੇ ਮੈਨੂੰ? ਹਾਂਜੀ ਹਾਂਜੀ, ਡੈਡੀ ਦੇਣ ਕੀ ਮੈਡੀਸਨ, ਮੈਂ ਕਿਹਾ ਇਹਨਾਂ ਨੂੰ ਦੇਣ ਕੀ ਮੈਡੀਸਨ? ਡੈਡੀ ਟ੍ਰੀਟਮੈਂਟ ਸ਼ੁਰੂ ਕਰੋ, ਕਹਿੰਦੇ ਉਦੋਂ ਉਸ ਤੋਂ ਬਾਅਦ ਮਿਲ ਦੇਵਾਂਗੇ ਅਸੀਂ, ਇੱਦਾਂ ਨੀ ਮਿਲ ਲੈਣਾ ਅਜੇ। ਹੈਲੋ ਹਾਂਜੀ ਡੈਡੀ ਜੀ, ਤੁਸੀਂ ਫਿਕਰ ਨਾ ਕਰੋ, ਤੇ ਠੀਕ ਹੋ ਜਾਣਾ ਡੈਡੀ ਜੀ, ਲਵ ਯੂ, ਆਪਾਂ ਤੁਹਾਡੀ ਵੇਟ ਕਰ ਰਹੇ ਬਾਹਰ ਡੈਡੀ ਜੀ। ਨਹੀਂ ਮੁਸ਼ਕਿਲ ਆ ਮੇਰਾ? ਨਹੀਂ ਡੈਡੀ ਜੀ, ਕੁਛ ਨੀ, ਤੁਹਾਨੂੰ ਹੋਣਾ, ਐਵੇਂ ਨਾ ਦਿਲ ਛੱਡਿਆ ਕਰੋ। ਹੈਲੋ ਪਾਪਾ ਜੀ ਨਾਲ ਗੱਲ ਕਰੋ। ਹਾਂ ਪੁੱਤਰ, ਪੁੱਤਰ ਫਿਕਰ ਨਾ ਕਰ, ਸਾਰੇ ਕੱਠੇ ਹੋਵਾਂਗੇ, ਫੇਰ ਉਸੇ ਤਰ੍ਹਾਂ ਅਸਾਂ ਖੇਡਾਂਗੇ। ਪ੍ਰੋਪਰ ਇਲਾਜ ਨਹੀਂ ਹੋ ਰਿਹਾ? ਹਾਂਜੀ ਪ੍ਰੋਪਰ ਇਲਾਜ ਨਹੀਂ ਹੋ ਰਿਹਾ? ਪ੍ਰੋਪਰ ਇਲਾਜ ਡੈਡੀ ਜੀ ਹੋ ਰਿਹਾ, ਕੋਈ ਨੀ, ਮੈਂ ਕਹਿੰਦਾ ਇਹਨਾਂ ਨੂੰ, ਫਿਰ ਮੈਂ ਹੁਣੇ ਫੋਨ ਕਰਦਾ ਡੈਡੀ ਜੀ। ਜਿਸ ਕੌਮ ਦੇ ਕਬਰਸਤਾਨ ਸਾਂਝੇ ਨੇ, ਮੈਂ ਤਾਂ ਹੈਰਾਨ ਹਾਂ, ਪਿੰਡਾਂ 'ਚ ਅਲੱਗ ਅਲੱਗ ਜਾਤਾਂ ਦੇ ਕਬਰਸਤਾਨ ਹੋ ਗਏ ਨੇ ਹੁਣ ਪੰਜਾਬ ਵਿੱਚ, ਕਿ ਤੂੰ ਉਸ ਕਬਰਸਤਾਨ ਵਿੱਚ ਦਲਿਤ ਦੀ ਦਾ ਸੰਸਕਾਰ ਨਹੀਂ ਹੋ ਸਕਦਾ, ਤੂੰ ਆਪਣੇ 'ਚ ਜਾ। ਜਿਹੜੀ ਕੌਮ ਮਰ ਕੇ ਵੀ ਸਾਂਝੀ ਨਹੀਂ, ਉਹ ਸਿੱਖੀ ਦਾ ਬੋਲਬਾਲਾ ਕਿੱਥੋਂ ਕਰ ਲਵਾ? ਜਾਏਗਾ।
please subscribe, and to get notifications about news, please click the bell icon.